ਪ੍ਰਾਈਮ ਮਿਸ਼ਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਪ੍ਰਾਈਮ ਇਲੈਕਸ਼ਨ ਬੀਸੀ ਸ਼ੋਅ ਵਿੱਚ ਸਵਾਗਤ ਹੈ ਅੱਜ ਅਸੀਂ ਕੈਂਡੀਡੇਟ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਹਨ ਸਾਜੀ ਚੀਮਾ ਜੋ ਕਿ ਲਿਬਰਲ ਕੈਂਡੀਡੇਟ ਨੇ ਸਰੀ ਵਾਲੀ ਤੋਂ ਸਾਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਪ੍ਰਾਈਮ ਮਿਸ਼ਰ ਸਟੂਡੀਓ ਦੇ ਵਿੱਚ ਥੈਂਕ ਯੂ ਐਂਡ ਥੈਂਕ ਯੂ ਟੂ ਦ ਲਿਸਨਰਸ ਥੈਂਕ ਯੂ ਫॉर ਹੈਵਿੰਗ ਮੀ ਗੱਲਬਾਤ ਮੈਂ ਤੁਹਾਨੂੰ ਸ਼ੁਰੂਆਤ ਕਰਨਾ ਚਾਹਾਂਗਾ ਪਹਿਲਾਂ ਤੁਸੀਂ ਇਸ ਜਿੱਦਾਂ ਦਾ ਸਰਵਿਸ ਕੈਨੇਡਾ ਵਿੱਚ ਕੰਮ ਕਰਦੇ ਸੀ ਯੂਨੀਅਨ ਦੇ ਪ੍ਰੈਜ਼ੀਡੈਂਟ ਵੀ ਰਹੇ ਹੋ ਤੁਸੀਂ ਹਾਂਜੀ ਪੋਲਿਟਿਕਸ ਵਾਲ ਨੂੰ ਕਿਸ ਤਰ੍ਹਾਂ ਆਏ ਫਿਰ ਵੋ ਯੂ ਨੋ ਹਨ ਮੈਂ ਦੇਖੀ ਜਾਂਦੀ ਆ ਇਫ ਯੂ ਰਿਮੈਂਬਰ ਰੀਕਾਲ ਇਨ ਦ 1990s Um, when the NDP government, came, yes. they, they made a lot of damage. and uh, they just increased our taxes. We had the highest unemployment rate in Canada. Yes. So, mass service Canada which I I saw a lot of vulnerable people coming in, and yes. it was not very good. ਹੌਣ ਹੋ ਗਏ ਯੂ نو ਸਿንስ 2001 ਮੈਂ ਦੇਖ ਰਹੀ ਹੋਂ ਕਿ ਹੁੰਦਾ ਆ ਆਪਣੀ ਨਵੀਂ ਗਵਰਨਮੈਂਟ ਆਈਆ ਐਂਡ ਐਸਪੈਸ਼ਲੀ ਇਨ ਦ ਲਾਸਟ 4 ইয়ারਸ ਜਿੰਨਾ ਕਮ ਆਪਣੇ ਪ੍ਰੀਮੀਅਰ ਨਕੀਤ ਦਾ ਆ ਜਿਹੜੇ ਐਂਡੀਪੀ ਨੇ ਸਾਰਾ ਗੰਦਾ ਪਾਇਆ ਸੀ ਉਹ ਕਲੀਨ ਕਰਕੇ ਆਪਣੀ ਇਕਨੋਮੀ ਇਨੀ ਸਟਰੋਂਗ ਬਣਾਈਆ ਜੀ ਤੇ ਇਨੇ ਜੌਬਸ ਕ੍ਰੀਏਟ ਕੀਤੇ ਆ ਦੇਖਦੇ ਆ ਆਪਣੇ ਜਿਹੜੇ ਹੁਣ ਨਿਆਣੇ ਆ ਨੈਕਸਟ ਜਨਰੇਸ਼ਨ ਉਹਨਾਂ ਦੀ ਫਿਊਚਰ ਆਪਾ ਕਿੰਨਾ ਸਟਰੋਂਗ ਬਣਾਈਏ ਜੀ ਸੋ ਮੈਂ ਦੇਖਦੀ ਰਹਿੰਦੀ ਕਿ ਕਰਦੇ ਆ they working as a public servant serving clients and learning the values of caring for people जी. and helping people out they magi mammi hon ek government de naal kaam karna it to continue that work tu ah tusi jiddan dassya service canada to si rahe ho ek unionized environment vich rehi union is like usually dekha gaya ke ndp walon bahut chaka rehanda par tusi liberal walon khade ho es da ki karan hoya Yeah, you know, I think unions are very good, and unions are good to make sure that we have good working conditions. Tan kahang pinatigwa, the benefits be But you balance jay the Hain jado apa koi kam karna ya? Apa almel negotiate karke karna ya? So hain jere federal government the union the the Public Service Alliance of Canada. President ring apne local union di. So, I contract ek negotiate kitta with Treasury Board. Jee. So, I was going to Ottawa every day, every month, and uh, we were negotiating contracts. Anu the even 11 negotiate But alke ek toh jana we've got the best contract for seventy thousand people. Jee, jee. Asi hoon April 13 triknu contract ratified April sega. Jee. ਸੋ ਬੈਲੈਂਸ ਚਾਇਆ ਹੁਣ ਜਦੋਂ ਆਪਾਂ ਲੈਜਿਸਲੇਚਰ ਦੇ ਵਿੱਚ ਬੈਠ ਜਾਣਾ ਆ ਆਪਾਂ ਸੁਣਨਾ ਆ ਤੇ ਆਪਣੀ ਕਮਿਊਨਿਟੀ ਕੀ ਮੰਗਦੀ ਆ ਉਹਨਾਂ ਦੀ ਗੱਲ ਕਰਨ ਕਿ ਗਾਹਾਂ ਜਾ ਕੇ ਤੇ ਆਪਾਂ ਨੈਗੋਸ਼ੀਏਟ ਕਰਨਾ ਹੈ ਜੀ ਸੋ ਜਦੋਂ ਮੈਂ ਯੂਨੀਅਨ ਦੇ ਵਿੱਚ ਹੁਣ ਆਸੀ ਆ ਸਾਡਾ ਕੰਟਰੈਕਟ ਸਗਾ ਅਸੀਂ ਮੈਂਬਰਸ਼ਿਪ ਨੂੰ ਪੁੱਛਿਆ ਤੁਸੀਂ ਕੀ ਚਾਹੁੰਦੇ ਆ ਕੰਟਰੈਕਟ ਦੇ ਵਿੱਚ ਕੀ ਮੰਗਦੇ ਆ ਉਹਨਾਂ ਨੇ ਸਾਨੂੰ ਉਹਨਾਂ ਦੀ ਡਿਮੈਂਡਾਂ ਦਿੱਤੀਆਂ ਉਹ ਡਿਮੈਂਡਾਂ ਨਾਲ ਅਸੀਂ ਜਾ ਕੇ ਤੇ ਗੱਲ ਕਰਕੇ ਉਹ ਪ੍ਰੂਫ ਕੀਤਾ ਸੋ ਗੱਲ ਹੁਣ ਹੋਣੀ ਹੈ ਜਦੋਂ ਮੈਂ ਇਲੈਕਟ ਹੋ ਗਈ ਉਹ ਮੈਂ ਭੇ ਆਪਣੇ ਕੰਸਟੀਚੂਐਂਟਸ ਨੂੰ ਸੁਣਨਾ ਹੈ ਕਿ ਤੁਸੀਂ ਕੀ ਮੰਗਦੇ ਤੁਸੀਂ ਕੀ ਚਾਹੁੰਦੇ ਇੱਥੇ ਤੇ ਉਹ ਚੀਜ਼ਾਂ ਅਸੀਂ ਮੋਰੇ ਲੈ ਕੇ ਆਈਏ ਜੀ ਬਿਲਕੁਲ ਜੀ ਅ ਜਸ ਥੋੜੀ ਰਾਈਟਿੰਗ ਦੀ ਗੱਲ ਕਰਦੇ ਆਪਾਂ ਸ੍ਰੀ ਵੋਲੀ ਦੀ ਜੇ ਪ੍ਰਾਤਨ ਦੇਖੀ ਐਂਡੀਪੀ ਦਾ ਕਾਫੀ ਸਟਰੋਂਗ ਹੋਲਡ ਹੈਗਾ ਐਂਡੀਪੀ ਦਾ बिकॉज ਉੱਥੇ ਜਿਹੜੇ ਆਮ ਲੋਕ ਹੈਗੇ ਨੇ ਇੱਕ ਮੀਡਲ ਕਲਾਸ ਉੱਥੇ ਜ਼ਿਆਦਾਤਰ ਰਹਿੰਦੇ ਨੇ ਉਹਨਾਂ ਦੇ ਕਾਫੀ ਇਸ਼ੂਜ਼ ਵੀ ਹੁੰਦੇ ਨੇ ਬੀਇੰਗ ਅ ਲਿਬਰਲ ਕੈਂਡੀਡੇਟ ਪਹਿਲੀ ਵਾਰ ਤੁਸੀਂ ਇਸ ਸਟੋਰਨ ਮਤਾੰਚ ਆਇਓ ਕਿਦਾਂ ਕਿਦਾਂ ਦੇ ਚੈਲੰਜਸ ਤੁਹਾਨੂੰ ਫੇਸ ਕਰਨੇ ਪੈ ਰਹੇ ਨੇ ਚੈਲੰਜਸ ਦਾ ਆਪਣੇ एवरीडे ਲਾਈਫ ਦੇ ਵਿੱਚ ਹੁੰਦੇ ਆ ਯੂ نو ਸਮ ਆਰ ਈਜ਼ੀ ਸਮ ਆਰ ਹਾਰਡ ਸਮ ਆਰ ਕੰਪਲੈਕਸ ਬਟ ਮੈਚ ਚੈਲੰਜਸ ਬਹੁਤ ਫੇਸ ਕੀਤੇ ਆ ਇਧਰ ਲਈ ਜੰਮੀ ਪਲੀਆਂ ਆ ਤੇ ਕਈ ਕੁਛ ਦੇਖਿਆ ਆ ਹੋਂ ਦੇਖਿਆ ਐਨਡੀਪੀ ਜਦੋਂ ਪਾਵਰ ਦੇ ਵਿੱਚ ਸੀ ਗਿਆ ਉਦੋਂ ਇਨੀਆ ਤੰਗੀਆਂ ਸੀਗੀਆਂ ਪਰ ਉਹ ਜਿਹੜਾ ਸਮਾ ਸੀ ਅਸੀਂ ਚੈਲੰਜਸ ਨੂੰ ਕੱਢ ਗਏ ਕੱਢ ਕੇ ਐਂਡ ਅਸੀਂ ਹੋਂ ਗਾਂਹ ਪਹੁੰਚ ਕੇ ਟੂ ਸਟਰੋਂਗਰ ਇਕਨੋਮੀ ਯੂ نو ਅ ਬੈਟਰ ਫਿਊਚਰ ਸੋ Even though they say this challenge, those can be improved. It's been 12 years since NDP was in They haven't been the voice. They haven't learned the voice So all challenges as to overcome. We need a fresh, voice. I'm going to be that fresh, voice. And so with that fresh voice, with the energy, ਯੂ ਨੋ ਥੀਸ ਚੈਲੰਜ ਆਓ ਓਵਰਕਮ ਥੀਸ ਚੈਲੰਜਸ ਜੀ ਨੀ ਕੋ ਚੈਲੰਜਸ ਹੋਗੇ ਠੀਕ ਗੱਲ ਹੈ ਬਟ ਜਿਹੜੇ ਤੁਸੀਂ ਰੋਜ਼ ਲੋਕਾਂ ਦੇ ਜਾ ਕੇ ਦਰਵਾਜ਼ਾ ਖੜਕਾਉਂਦੇ ਹੋ ਲੋਕ ਤੁਹਾਨੂੰ ਆਪਣੇ ਪ੍ਰੋਬਲਮਸ ਦੱਸਦੇ ਨੇ ਉਹ ਉਹ ਚੈਲੰਜਸ ਨੂੰ ਤੁਸੀਂ ਕਿਵੇਂ ਫੇਸ ਕਰ ਰਹੇ ਹੋ ਕਿਵੇਂ ਲੈਂਦੇ ਪਈਓ ਉਹਨਾਂ ਨੂੰ ਸੀ ਜਦੋਂ ਹਨਾ ਕੋਈ ਕੋਈ ਗੱਲ ਹੁੰਦੀ ਹੁਣ ਫਲਜ ਕਰੋ ਆਪਣੇ ਨਿਆਣੇ ਹੁੰਦੇ ਆਪਣੇ ਨਿਆਣੇ ਆਪਣੇ ਕੋ ਕੋਈ ਚੀਜ਼ ਮੰਗਦੇ ਤੇ ਆਪਾਂ ਕਹੀਏ ਨਹੀਂ ਤੁਸੀਂ ਨਹੀਂ ਦੇਣੀ ਉਹਨਾਂ ਨੇ ਆਪਾਂ ਮੋੜ ਮੋੜ ਪੁੱਛੀ ਜਾਣਾ ਪੁੱਛੀ ਜਾਣਾ ਜਿੰਨੇ ਚਿਰ ਆਪਾਂ ਹਾਂ ਨਹੀਂ ਕਾਲਦੇ ਜੀ ਹੁਣ ਜਿਹੜੀ ਮੇਰੀ ਕਮਿਊਨਿਟੀ ਆ ਹੁਣ ਅਸੀਂ ਡੋਰਾ ਨੂੰ ਜਾਣਦੇ ਹੁਣ ਸੋ ਹਸਪੀਟਲ ਦੀ ਚਲੋ ਤੁਸੀਂ ਗੱਲ ਕਰੋ ਸਾਰੇ ਜਾਣੇ ਕਹਿੰਦੇ ਵੀ ਆਪਣੇ ਕੋ ਹਸਪੀਟਲ ਇੱਕ ਹੋਰ ਚਾਹੀਦਾ ਹੈ ਜੀ ਯਾ ਜਦੋਂ ਐਨਡੀਪੀ ਪਾਵਰ ਦੇ ਵਿੱਚ ਸੀਗੀ ਉਹਨਾਂ ਨੇ ਇੱਕ ਐਟ ਨਹੀਂ ਲਾਈ ਹਸਪੀਟਲ ਦੀ ਜੀ ਬੀਸੀ ਲਿਬਰਲ ਗਵਰਨਮੈਂਟ ਨੇ ਸਤ ਨਮੇ ਹਸਪੀਟਲ ਬਣਾਇਆ ਜੀ 10 ਇੰਡੀਸ਼ਨ ਆ ਬਣਾਈਆਂ ਆ 11 ਟਾਵਰਸ ਆ ਜੀ ਜਿਮੀ ਪਰਸਨਲ ਬਿਲਡਿੰਗ ਰਹੀ ਹੈ ਸਟੇਟ ਆਫ ਦਿ ਆਰਟ ਆਪਾਂ ایਰ ਯੂਨਿਟ ਬਣਾਈਆਂ ਆ ਜੀ ਬਟ ਯੂ نو ਇੱਕ ਗੱਲ ਹੈਗੀ ਆ ਆਪਣੀ ਜਿਹੜੀ ਪਾਪੂਲੇਸ਼ਨ ਇੰਨੀ ਗਰੋ ਹੋਈ ਜਾਂ ਆ ਆਪਣੀ ਜਿਹੜੀ ਪ੍ਰੋਜੈਕਸ਼ਨ ਸੀਗੀ ਪ੍ਰੋਜੈਕਸ਼ਨ ਨਾ ਸੀ ਸਹੀ ਜੀ ਸੋ ਉਸ ਪ੍ਰੋਜੈਕਸ਼ਨ ਦੇ ਨਾਲ ਆਪਾਂ થોੜੇ ਕਨ ਬਿਹਾਈਂਡ ਹੋ ਗਏ ਜੀ ਸੋ ਆਪਾਂ ਨੂੰ ਹੌਸਪੀਟਲ ਹੌ ਟਾਈਦਾ ਜਦੋਂ ਮੈਂ ਟੋਰਨ ਆ ਕਰਦੀ ਆ ਉਹ ਕਹਿੰਦੇ ਮੈਨੂੰ ਤਾਂ ਹੌਸਪੀਟਲ ਟਾਈਦਾ ਐਬਸੋਲੂਟਲੀ ਹੌਸਪੀਟਲ ਟਾਈਦਾ ਸੋ ਜੇ ਹਸਪੀਟਲ ਚਾਹੀਦਾ ਆਪਾਂ ਹੁਣ ਉਹਦੇ ਵਿੱਚ ਐਡਵੋਕੇਟ ਕਰਕੇ ਆਵਾਜ਼ ਮਾਰ ਕੇ ਕੌਂਕਸ ਦੇ ਵਿੱਚ ਬਹਿ ਕੇ ਤੇ ਕਹਿਣਾ ਸਾਨੂੰ ਹਸਪੀਟਲ ਚਾਹੀਦਾ ਫੇ ਆਪਾਂ ਦੇਖਣਾ ਹਸਪੀਟਲ ਚਾਹੀਦਾ ਕਿੱਥੇ ਚਾਹੀਦਾ ਕਿੱਦਾਂ ਦਾ ਚਾਹੀਦਾ ਆਪਾਂ ਨੂੰ ਕਲੀਨਿਕ ਜ਼ਿਆਦਾ ਚਾਹੀਦਾ ਯੂਆਰ ਰੂਮ ਦਾ ਇਟਸ ਅ ਲੋਟ ਆਫ ਡਿਫਰੈਂਟ ਥਿੰਗਸ ਬਟ ਇਹ ਬਾਤ ਕੇ ਅਗੇਨ ਨੈਗੋਸ਼ੀਏਟ ਕਰਨਾ ਪੈਣਾ ਜੀ ਸਾਰਿਆਂ ਨੇ ਬਾਤ ਕੇ ਨੈਗੋਸ਼ੀਏਟ ਕਰਨਾ ਪੈਣਾ ਸੋ ਵੀ ਹੈਵ ਗੁੱਡ ਕੁਆਲਿਟੀ ਹੈਲਥ케ਅ ਸੋ ਜਿਦਾਂ ਸਿਕਾ ਵੀ ਪ੍ਰੋਜੈਕਸ਼ਨ ਸੀਗੇ ਬਟ ਪ੍ਰੋਜੈਕਸ਼ਨਸ ਨੂੰ ਰੋੜਾ ਪਿਛੇ ਰਹਿਗੇ ਸੋ ਤੁਸੀਂ ਇਹ ਮੰਨਦੇ ਹੋ ਕਿ ਲਿਬਰਲਸ ਪਾਰਟੀ ਲਿਬਰਲ ਪਾਰਟੀ ਨੇ ਜੋ ਕੁਝ ਵਾਅਦੇ ਕੀਤੇ ਸੀ ਉਹ ਇੰਨਾ 16 ਸਾਲਾਂ ਚ ਚੰਗੀ ਤਰ੍ਹਾਂ ਹਾਲੇ ਪੂਰੇ ਨਹੀਂ ਕਰ ਪਾਏ ਉਹ ਯੂ ਨੋ ਵੀ ਹਵ ਗਾਟ ਅ ਗਰੋਇੰਗ ਇਕਨੋਮੀ ਸਰੀ ਦੇ ਵਿੱਚ ਹਿਆਰ ਬੰਦਾ ਹਰ ਇੱਕ ਮਹੀਨੇ ਆਉਂਦਾ ਹੈ ਜੀ ਸੋ ਜਿਹੜੇ ਵਾਅਦੇ ਦਿੱਤੇ ਸੀ ਲਿਬਰਲ ਪਾਰਟੀ ਨੇ ਕੀ ਕਹਿ ਸੀਗੇ ਉਹ ਉਹਨਾਂ ਨੇ ਕੀਤੇ ਆ ਜੀ ਤਦ ਇਹ ਦਾ ਪੀਸ ਸਟਰੋਂਗ ਇਕਨੋਮੀ ਬਣੀ ਆ ਜੀ ਸਟਰੋਂਗ ਇਕਨੋਮੀ ਬਣ ਕੇ ਟ੍ਰਿਪਲ اے ਕ੍ਰੈਡਿਟ ਰੇਟਿੰਗ ਵਾਲਾ ਜੇ ਜਿਹੜੀ UHA ਕ੍ਰੈਡਿਟ ਰੇਟਿੰਗ ਆ ਇਹਦਾ ਮਤਲਬ ਹੁੰਦਾ ਫੇ ਆਪਾਂ ਨੂੰ ਇੰਟਰਸਟ ਨਹੀਂ ਨਾ ਦੇਣਾ ਪੈਂਦਾ ਜਿਹੜੀ ਆਪਾਂ ਕੈਪਰਲ ਫੰਡਸ ਲਈ ਬੋਰੋ ਕਰਦੇ ਆ ਜੀ ਸੋ ਉਹ ਜਿਹੜੀ ਮਨੀ ਹੁੰਦੀ ਸਾਡੇ ਕੋ ਉਹ ਫੇ ਸਾਡੀ ਸੇਵਿੰਗਸ ਹੁੰਦੀ ਆ ਉਹਦੇ ਨਾਲ ਆਪਾਂ ਹੋਰ ਇਨਵੈਸਟ ਕਰਦੇ ਆ ਜੀ ਇਨਵੈਸਟ ਕਰਕੇ ਆਪਣੇ ਇੰਨੇ ਪੈਸੇ ਆਪਾਂ ਰੈਡੀ ਹਸਪੀਟਲ ਦੇ ਵਿੱਚ ਪਾਏ ਆ ਜੀ ਸੋ ਆਪਾਂ ਹੁਣੇ ਕੰਟੀਨਿਊ ਕਰਕੇ ਤੇ ਹੋਰ ਆਪਣੇ ਕੋ ਹੋਗੇ ਤੇ ਆਪਾਂ ਹੋਰ ਇਨਵੈਸਟ ਕਰਨੇ ਆ ਆਲਰੇਡੀ ਸਾਡੇ ਪਲੇਟਫਾਰਮ ਦੇ ਵਿੱਚ ਹੈਗਾ ਤੇ ਅਸੀਂ 10 ਹਸਪੀਟਲ ਦਾ ਨਾਮ ਬਣਾਉਣੇ ਆ ਜੀ ਸੋ ਅਸੀਂ ਬਾਜ ਪਾਣੀ ਆ ਮੈ ਅਵਿਸ਼ਵਾਨੀ ਆ ਜੇ ਜਿਹੜੇ ਆਪਾਂ ਅਸੀਂ ਚਾਹੁੰਦੇ ਆ ਫੇ ਸਾਡਾ ਨਵਾਂ ਹਸਪੀਟਲ ਇੱਥੇ ਸਰੀ ਚੋਈਏ ਜੀ ਬਿਲਕੁਲ ਜੀ ਸਮਾਂ ਹੋ ਰੇ ਕ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਹੋਣੇ ਆ ਤੁਸੀਂ اسی ਤਰ੍ਹਾਂ ਜੁੜੇ ਰਹੋ ਬਹੁਤ ਵਿਸ਼ਾਲ ਹੈ ਖਬਰਾਂ ਦਾ ਇਹ ਸੰਸਾਰ ਕਦੇ ਸੱਚ ਦੀ ਖਬਰ ਤੇ ਕਦੇ ਕੱਚ ਦੀ ਖਬਰ ਕਦੇ ਦੁੱਖ ਦੀ ਖਬਰ ਤੇ ਕਦੇ ਭੁੱਖ ਦੀ ਖਬਰ ਪਰ ਹਰ ਖਬਰ ਦੇ ਪਿੱਛੇ ਲੁਕੀ ਹੁੰਦੀ ਹੈ ਇੱਕ ਖਬਰ ਜਿਸ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਖਬਰ ਦੀ ਖਬਰ ਦੇ ਵਿੱਚ ਪ੍ਰਾਈਮ ਏਸ਼ੀਆ ਟੀਵੀ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਰੋਜ਼ ਟ੍ਰਾਂਟੋ ਟਾਈਮਿੰਗ 8:30 ਸ਼ਾਮੀ ਤੇ ਇਸੇ ਟਾਈਮ ਵੈਨ ਹੋਵੇਗਾ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰਾਈਮ ਇਲੈਕਸ਼ਨ BC ਵਿੱਚ ਅੱਜ ਅਸੀਂ ਗੱਲਬਾਤ ਕਰ ਰਿਹਾ ਸਰੀ ਵੋਲੋ ਤੋਂ ਸਰੀ ਵੋਲੀ ਤੋਂ ਲਿਬਰਲ ਪਾਰਟੀ ਦੇ ਕੈਂਡੀਡੇਟ ਸਰਜੀਤਜੀ ਮਹੋਰਨਾਰ ਅ ਸੋ ਸਰਜੀਤਜੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਗੱਲਬਾਤ ਕਰ ਰਹੇ ਸੀ ਕਿ 16 ਸਾਲਾਂ ਵਿੱਚ ਲਿਬਰਲਸ ਨੇ ਬਹੁਤ ਹੀ ਸਟਰੋਂਗ ਇਕਨੋਮੀ ਬਿਲਡ ਕੀਤੀ ਹੈ ਸੂਬਾ ਕਾਫੀ ਸਟਰੋਂਗ ਹੈ ਕੈਨੇਡਾ ਵਾਈਡ ਕਾਫੀ ਸਾਰੇ ਸੂਬੇ ਨਾਲੋਂ ਸਭ ਤੋਂ ਮੋਰੇ ਆ ਪਰ ਇੱਕ ਜਿਹੜੇ ਆਮ ਇਥੋਂ ਦੇ ਸਧਾਰਨ ਬੰਦਾ ਹੈਗਾ ਅੱਜ ਦੇ ਡੇਟ ਵਿੱਚ ਆਪਣਾ ਘਰ ਨਹੀਂ ਅਫੋਰਡ ਕਰ ਪਾ ਰਿਆ ਲਿਬਰਲ ਪਾਰਟੀ ਨੇ ਭਾਵੇਂ 15% ਟੈਕਸ ਦਾ ਲਾ ਦਿੱਤਾ ਪਰ ਫਿਰ ਵੀ ਇੱਕ ਫਰਸਟ ਟਾਈਮ ਬਾਏਰ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਕਰ ਇਸ ਬਾਰੇ ਤੁਹਾਡੇ ਕੋਲ ਅੱਗੇ ਦੇ ਕੀ ਪਲਾਨਸ ਨੇ ਸੋ ਅਮ ਅਗੇਨ ਯੂ نو ਅਮ ਲਿਬਰਲ ਪਾਰਟੀ ਉਹ ਸਾਰਿਆਂ ਦੀ ਸੋਚਦੀ ਆ ਸਾਰਿਆਂ ਦੀ ਕੇਅਰ ਕਰਦੀ ਵੀ ਸਾਰਿਆਂ ਦੀ ਮਦਦ ਕਿੱਦਾਂ ਕਰੀਏ ਜੀ ਉਹਨਾਂ ਨੇ ਉਹ ਹੋਮ ਨਿਊ ਹੋਮ ਬਾਏਰਸ ਪ੍ਰੋਗਰਾਮ ਵੀ ਆਂਦਿਆ ਜੀ ਸੋ ਵਾਟ that ਪ੍ਰੋਗਰਾਮ ਇਸ 37500 on dende and that's interest free so that you can buy your yeah. buy your own home asi chonne ha pe saryan nu apna ghar hove so we're trying to do what we can to help people buy more homes we're investing money in those ji 24000 affordable housing already asi hon paya and we're investing more and more money so we can have more affordable housing bilkul ji thodi riding di gall karde ha 135 a street pe thi sari de vich jithe kafi homeless lok rehnde ne ਉਹਨਾਂ ਬਾਰੇ ਤੁਹਾਡੇ ਕੋਲ ਕਿਹੋ ਜਿਹੇ ਕੀ ਪਲਾਨਸ ਹੈਗੇ ਨੇ ਐਕਚੁਅਲੀ ਆਮ ਪਲਾਨਸ ਮੈਂ ਆਲਰੇਡੀ ਸ਼ੁਰੂ ਕਰ ਦਿੱਤੇ ਜੀ ਸੋ ਲਾਸਟ ਵੀਕ ਉਹ ਟੇਕ ਪਬਲਿਕ ਸੇਫਟੀ ਮੀਟਿੰਗ ਸੀਗੀ ਜੀ ਐਂਡ ਆਮ ਆਈ ਅਟੈਂਡਡ ਦੈਟ ਪਬਲਿਕ ਸੇਫਟੀ ਮੀਟਿੰਗ ਐਕਚੁਅਲੀ ਆ ਵਾਸ ਦੀ ਓਨਲੀ ਕੈਂਡੀਡੇਟ ਦੂਜੇ ਕੈਂਡੀਡੇਟ ਕੋਈ ਨਾ ਸੀ ਆਈਓਸ ਮੀਟਿੰਗ ਦੇ ਵਿੱਚ ਇਟ ਵਾਸ ਅ ਵੈਰੀ ਵੈਰੀ ਵੈਲਿਊਏਬਲ ਮੀਟਿੰਗ ਹਮ ਤੇ ਉਹ ਸੁਣੀਆਂ ਸੀ ਕਮਿਊਨਿਟੀ ਦੀਆਂ ਕੰਸਰਨਸ ਜਿਹੜੀਆਂ ਸੀ ਉਹ ਸੁਣੀਆਂ ਸੀਗੀਆਂ ਜੀ ਜਿਹੜੇ RCMP ਆਫਿਸਰਸ ਇਹ ਉਹਨਾਂ ਦੇ ਸੋਨੇ ਸੀ ਉਹ ਕੰਮ ਕੀ ਕਰ ਰਹੇ ਆ ਬਾਇਲ ਆਫਿਸਰਸ ਦੇ ਉਹ ਵੀ ਕੀ ਕੰਮ ਕਰ ਰਹੇ ਆ ਜੀ ਉਸ ਤੋਂ ਬਾਅਦ ਦੋ ਤਿੰਨ ਦਿਨ ਬਾਅਦ ਆਈ ਫਾਲੋਡ ਅਪ ਮੈਂ ਗਈ ਐਟ ਦ ਕਮਿਊਨਿਟੀ RCMP ਸਟੇਸ਼ਨ ਜਿਹੜਾ ਕਿੰਗ ਜਰਜ ਹਾਈਵੇ ਤੇ ਆ ਆਈ ਮੈਟ ਵਿਦ ði RCMP ਆਫਿਸਰ ਤੇ ਮੈਂ ਉਹਨਾਂ ਨਾਲ ਕਨਵਰਸੇਸ਼ਨ ਕੀਤੀ ਆ ਪਿਓ ਹਾਊ ਆਰ ਯੂ ਗਾਇਜ਼ ਐਡਰੈਸਿੰਗ ਇਟ ਤੁਸੀਂ ਕੀ ਕਰ ਸਕਦੇ ਆ ਅਸੀਂ ਪ੍ਰੋਵਿੰਸ਼ੀਅਲ ਗਵਰਨਮੈਂਟ ਤੁਹਾਡੀ ਕਿਤਾ ਮਦਦ ਹੋਰ ਕਰ ਸਕਦੇ ਆ ਆਪਾਂ ਇਕੱਠੇ ਰਲ ਕੇ ਕਿਤਾ ਕਰ ਸਕਦੇ ਆ ਜੀ ਤੇ ਪਹਿਲਾਂ ਦਾ ਆਪਾਂ ਟਰਾਈ ਕਰਨੀ ਹੈ ਪ੍ਰੀਵੈਂਸ਼ਨ ਕਰਨ ਦੀ ਪ੍ਰੀਵੈਂਸ਼ਨ ਕਰਕੇ ਫਿਰ ਆਪ ਇੰਟਰਵੀਨ ਕਰਨੀ ਹੈ ਜੇ ਆਪ अर्ਲੀ ਪ੍ਰੀਵੈਂਸ਼ਨ ਕਰ ਲਈਏ ਦੈਨ ਇਦਾਂ ਦੀ ਪ੍ਰੋਬਲਮ ਆਪਣੇ ਕੋ ਹੋਣੀਆਂ ਨਹੀਂ ਗਈਆਂ ਸੋ ਆਮ ਯੂ نو ਜੇ ਐਨਫੋਰਸਮੈਂਟ ਚਾਹੀਦੀ ਫਿਰ ਆਪ ਐਨਫੋਰਸਮੈਂਟ ਵੀ ਕਰੂਗੀ ਉਸ ਤੋਂ ਬਾਅਦ ਮੈਂ ਗਈ ਸੀਗੀ ਟੂ ਪਬਲਿਕ ਸੇਫਟੀ ਡਾਇਰੈਕਟਰ ਜੀ ਦਾ ਸਿਟੀ ਆਫ ਸਰੀਆ ਜੀ ਟੈਰੀ ਵਾਟਰ ਹਾਊਸ ਆਈ ਸੈਟ ਡਾਊਨ ਦੇ ਉਹਨਾਂ ਵੀ ਮੈਂ ਗੱਲਾਂ ਕੀਤੀਆਂ ਸੋ ਹੀ ਟੋਲਡ ਮੀ ਦੇ ਆਰ ਡੂਇੰਗ ਅ ਪਾਇਲਟ ਪ੍ਰੋਜੈਕਟ 4 ਮਹੀਨੇ ਹੋ ਗਏ ਇਹਨਾਂ ਨੂੰ ਪਾਇਲਟ ਪ੍ਰੋਜੈਕਟ ਕਰਦੇ ਨੂੰ ਤੇ ਇਹ ਜਿਹੜਾ ਕੰਮ ਹੁਣ ਆਪਾਂ ਕਰਨਾ ਪਰ ਰਲ ਮਿਲ ਕੇ ਕਰਨਾ ਆਇਆ ਸੋ ਆਲਰੇਡੀ ਮੈਂ ਤਾਂ ਸਟੈਪ ਸ਼ੁਰੂ ਵੀ ਕਰ ਦਿੱਤਾ ਹਲੇ ਤਾਂ ਮੈਂ ਰਿਲੈਕਟ ਵੀ ਨਹੀਂ ਹੋਏ ਮੈਂ ਸਟੈਪ ਸ਼ੁਰੂ ਵੀ ਕਰ ਦਿੱਤਾ ਪਰ ਉਹ ਗੱਲਾਂ ਕਰਨ ਦੀ ਅੱਜ ਸਵੇਰੇ ਐਕਚੁਅਲੀ ਮੈਂ ਗਈ ਸੀ ਕਿ ਪਹਿਲਾਂ ਅਸੀਂ ਬਰਮਾ ਸ਼ੇਵ ਕਰਦੇ ਸੀ ਸਵੇਰੇ ਤੇ ਨਾਲ ਉੱਥੇ ਦੀ ਅਰਬਨ ਮਿਸ਼ਨ ਸੈਂਟਰ ਵਾਸ ਥੇਰ ਜੀ ਸੋ ਉਹ 8 ਵਜੇ ਖੋਲਦਾ ਹੈ ਤੇ ਫੀਡ ਪੀਪਲ ਮੈਂ ਉੱਥੇ ਗੇਮ ਪੋਨੇ ਕਾ 8 ਵਜੇ ਗਈ ਤੇ ਮੈਂ ਸਾਰਿਆਂ ਨਾਲ ਉੱਥੇ ਗੱਲਾਂ ਕੀਤੀਆਂ ਸਮ ਆਫ ਦਮ ਨਾ ਵਰ ਹੈਵਿੰਗ ਪ੍ਰੋਬਲਮਸ ਐਂਡ ਆ ਵਾਸ ਜਸਟ ਲਿਸਨਿੰਗ ਟੂ ਥਮ ਯੂ نو ਇਹ ਸਿਚੁਏਸ਼ਨ ਜਿਹੜਾ ਹੈਗਾ ਹੈ ਬਹੁਤ ਕੰਪਲੈਕਸ ਆ ਜੀ ਤੇ ਇਹ ਜਿਹੜੀ ਜੜ ਹੁੰਦੇ ਆ ਆਪਾਂ ਜੜ ਤੋਂ ਗੱਲ ਕਰਨੀ ਪੈਂਦੀ ਆ ਇਹ ਜਿਹੜੇ ਹੋਮਲੈਸ ਆ ਉੱਥੇ ਉਹ ਦੋ ਚੀਜ਼ਾਂ ਨੇ ਹੋਮਲੈਸ ਆ ਜਾਂ ਤਾਂ ਉਹਨਾਂ ਕੋਈ ਕੋਈ ਐਡਿਕਸ਼ਨ ਹੋਊਗੀ ਜਾਂ ਤਾਂ ਉਹਨਾਂ ਕੋ ਮੈਂਟਲ ਹੈਲਥ ਇਸ਼ੂ ਆ ਜੀ ਸੋ ਆਪਾਂ ਨੂੰ ਉਹਨਾਂ ਨਾਲ ਮੇਬੀ 1 ਟੂ 1 ਗੱਲ ਕਰਨੀ ਪੈਂਦੀ ਹੈ ਇਟਸ ਨਾਟ ਥੈਟ ਈਜ਼ੀ ਇਹਨਾਂ ਨਾਲ ਗੱਲ ਕਰਕੇ ਇਹਨਾਂ ਨੂੰ ਇਹਨਾਂ ਦੀ ਮਦਦ ਕਰੀਏ ਇਹਨਾਂ ਨੂੰ ਟ੍ਰੀਟਮੈਂਟ ਦੇਈਏ ਰੀਹੈਬ ਦੇ ਵਿੱਚ ਪਾਈਏ ਸ਼ੈਲਟਰ ਹੋਮ ਇਹਨਾਂ ਨੂੰ ਚਾਹੀਦੇ ਤੇ ਇਹਨਾਂ ਦੀ ਨਾਲ ਇਹਨਾਂ ਦੀ ਮਦਦ ਕਰੀਏ ਸੋ ਪ੍ਰੋਸੈਸ ਮੈਂ ਆਲਰੇਡੀ ਸਟਾਰਟ ਕਰ ਦਿੱਤਾ ਆਮ ਵਰਕਿੰਗ ਵਿਦ ਦੀ ਆਰਸੀਐਮਪੀ ਆਫੀਸਰਸ ਆਵ ਆਲਰੇਡੀ ਸਪੋਕਨ ਵਿਦ ਦੀ ਸਿਟੀ ਰਿਲੇਸ਼ਨਸ਼ਿਪਸ ਬਿਲਡ ਕੀਤੇ ਸੋ ਆਵ ਆਲਰੇਡੀ ਸਟਾਰਟਡ ਥੈਟ ਪ੍ਰੋਸੈਸ ਐਂਡ ਯੂ ਨੋ ਇਨ ਦਾ ਪਾਸਟ ਇਟ ਹੈਜ਼ਨਟ ਬੀਨ ਡਨ ਹੂੰ ਸੋ ਆਮ ਟੇਕਿੰਗ ਦ ਸਟੈਪ ਆਲਰੇਡੀ ਆਮ ਤੁਸੀਂ ਇਨੀਸ਼ੀਏਟਿਵ ਲੈ ਰਹੇ ਹੋ ਐਗਜ਼ੈਕਟ ਬਿਲਕੁਲ ਜੀ ਸੋ ਆਪਾਂ ਐਮਐਸਪੀ ਦੀ ਗੱਲ ਕਰੀਏ ਇਹ ਇੱਕ ਬਹੁਤ ਹੀ ਵੱਡਾ ਇਸ਼ੂ ਬਣਿਆ ਹੋਇਆ ਹੈ ਪੂਰੇ ਸੂਬੇ ਦੇ ਵਿੱਚ ਕੈਨੇਡਾ ਵਿੱਚ ਕਿਸੇ ਹੋਰ ਥਾਂ ਤੇ ਬਿਲਕੁਲ ਵੀ ਐਮਐਸਪੀ ਨਹੀਂ ਹੈਗੀ ਪਰ ਕੱਲੇ ਬੀਸੀ ਵਿੱਚ ਹੈਗੀ ਹੈ ਅ ਐਨਡੀਪੀ ਜੇ ਆਉਂਦੀ ਹੈ ਉਹ ਕਹਿੰਦੀ ਆਪਾਂ ਐਨਐਸਪੀ ਨੂੰ ਗੈਟਰੇਡ ਕਰ ਦਾਂਗੇ ਫੋਰਡਾ ਇਸ ਤੇ ਕੀਤੇ ਕੇ ਜੀ ਯਾ ਸੀ ਕੈਨੇਡਾ ਦਾ ਕੰਮ ਬਹੁਤ ਕੁਝ ਸੌਖਾ ਹੁੰਦਾ ਆ ਪਰ ਪਲਾਨ ਵੀ ਚਾਹੀਦਾ ਆ ਕਿੱਦਾਂ ਉਹਨਾਂ ਨੇ ਕਿੱਦਾਂ ਕਰਨੀ ਹੈ ਪੈਸੇ ਤਾਂ ਕਿਤੇ ਹੋਏ ਉਹਨੇ ਪੈਂਦੇ ਆ ਜੀ ਜੀ ਇਟਸ ਗਾਟ ਟੂ ਕਮ ਫਰਮ ਸਮ ਪਲੇਸ ਜੀ ਹਣ ਆਸੀਂ ਜਿਹੜਾ ਕੰਮ ਕੀਤਾ ਆ ਪਹਿਲਾਂ ਤਾਂ 50% ਰਿਡਿਊਸ ਕਰ ਰਿਡਿਊਸ ਕਰਨੀ ਆ ਫਿਰ ਜਿਹੜੇ ਬੰਦੇ ਬੰਦੇ ਆ 120000 ਡਾਲਰ ਉਹ ਸਾਡੇ 950 ਡਾਲਰ ਦੀ ਸੇਵਿੰਗ ਹੁੰਦੀ ਆ ਜੀ ਤੇ ਉਹ ਤਾਂ ਆਸੀਂ ਵੀ ਲੈ ਕੇ ਖਰਚ ਸਕਦੇ ਸੀ ਪਰ ਆਸੀਂ ਸੋਚੇ ਵੀ ਆਸ ਨਹੀਂ ਖਰਚਨੇ ਉਹ ਪੈਸੇ ਤੁਸੀਂ ਆਪਣੇ ਕੋਲ ਰੱਖੋ ਤੁਸੀਂ ਖਰਚੋ ਜਿੱਥੇ ਤੁਸੀਂ ਖਰਚਣਾ ਮੰਗਦੇ ਆ ਜੀ ਯੋ ਜਿਹੜੇ ਅਰਨ ਕਰਦੇ ਆ 24 ਹਾਂ ਉਹ ਤੇ ਦਿੰਦੇ ਨਹੀਂ ਓਲਰੇਡੀ ਦੈਟਸ ਅ ਫਰੀ ਮਨੀ ਫਾਰ देम ਸੋ ਅਸੀਂ ਵੀ ਇਵੈਂਚੁਅਲੀ ਅਸੀਂ ਸਟਾਰਟ ਹੁਣ ਕੀਤਾ ਹੈ 14 ਸਾਲਾਂ ਦੇ ਵਿੱਚ ਬਾਏ ਦਿ ਐਂਡ ਆਫ ਦ 4th ਇਅਰ ਉਹ ਸਾਰਾ ਐਲੀਮੀਨੇਟ ਹੋ ਜਨਾ ਹੈ ਬਟ ਯਾ ਅਗੇਨ ਸਾਡੇ ਕੋ ਪਲਾਨ ਹੈਗਾ ਆਪਾਂ ਕਿੱਦਾਂ ਕਰਨੀ ਆ ਜੀ ਉਹਨਾਂ ਕੋ ਪਲਾਨ ਨਹੀਂ ਕੋਈ ਉਹਨਾਂ ਨੂੰ ਨਾ ਉਹਨਾਂ ਨੂੰ ਪਤਾ ਪੈਸੇ ਕਿੰਨੇ ਹੁੰਦੇ ਕਿੰਨੇ ਜਾਂਦੇ ਹੈਵ ਨੋ ਪਲਾਨ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਵੀ ਉਹਨਾਂ ਨੇ ਗੈਟ ਰਿਡ ਕਰਨਾ ਪਾਉਣਾ ਕੋ ਪਲਾਨ ਨਹੀਂ ਹੈ ਵੀ ਪੈਸੇ ਕਿਤਨੇ ਕੋ ਤਾ ਆਉਣੇ ਆ 50% 40% ਪਾਰਟੀ ਨੇ ਵੀ ਕਿਹਾ ਵੀ ਉਹਨਾਂ ਨੇ ਘਟਾ ਦੇਣੇ ਹੈਗੇ ਤੁਹਾਡੇ ਕੋਲ ਕੀ ਪਲਾਨ ਹੈਗਾ ਕਿ ਵੀ ਉਹ ਵਾਲੇ 50% ਰਹਿ ਜਾਣੇ ਪੈਸੇ ਉਹ ਕਿੱਥੋਂ ਆਉਣੇ ਨੇ ਤੁਹਾਡੇ ਕੋਲ ਉਹ ਤੇ ਜਿਹੜੀ ਆਪਣੇ ਕੋ ਸਰਪਲਸ ਆ ਜਿਹੜੀ ਆਪਣੇ ਸਰਪਲਸ ਨਹੀਂ ਆਇਆ ਉਹ ਉਹਦੇ ਨਾਲ ਅਸੀਂ ਘਟਾਉਣੇ ਆ ਜਿਹੜੇ ਐਨਡੀਪੀ ਵਾਲੇ ਆ ਉਹਨਾਂ ਨੇ ਕੀ ਕਰਨਾ ਆ ਉਹਨਾਂ ਨੇ ਚਲ ਘਟਾ ਦੋਗੇ ਪਰ ਉਹਨਾਂ ਨੇ ਤੁਹਾਡੇ ਉਹਨੇ ਟੈਕਸ ਵਧਾ ਦੇਰੇ ਆ ਜੀ ਅਸੀਂ ਟੈਕਸ ਨਹੀਂ ਬਣਾਉਣੇ ਅਲਰੇਡੀ ਕਹਿੰਦੇ ਜਿਹੜਾ ਕਾਰਪੋਰੇਟ ਟੈਕਸ ਵਾ ਅਸੀਂ 26% ਉਹ ਬਤੋਨਾ ਆ ਜਿਹੜਾ ਹੁਣ ਕਾਰਪੋਰੇਟ ਟੈਕਸ ਵਾ ਕਾਰਪੋਰੇਟ ਟੈਕਸ ਉਹਨਾਂ ਲਈ ਆ ਜਿਹੜੇ ਸਮਾਲ ਬਿਜ਼ਨਸ ਵਾ ਹੁਣ ਫਾਇਜਾ ਤੁਹਾਡੇ ਕੋ ਬਿਜ਼ਨਸ ਵਾ ਤੁਹਾਡੇ ਕੋ 4-5 ਬੰਦੇ ਕੰਮ ਕਰਦੇ ਆ ਜੀ ਫਾਤੋਂ ਨਾ 26% ਉਹਨਾਂ ਬਤੋਨਾ ਆ ਜੀ ਆ ਸਮਾਹ ਹੋ ਰੇ ਕੋਰ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਣੇ ਅਸੀਂ ਗੱਲਬਾਤ ਕਰ ਰਹੇ ਆ ਸਰੀ ਵਾਲੀ ਤੋਂ ਲਿਬਰਲ ਕੈਂਡੀਡੇਟ ਸਰਜੇ ਜੀ ਮਹਰਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਵਾਡੀ ਤੇ ਸਾਡੀ ਯਾਨੀ ਕਿ ਸਾਡੀ ਸਾਰਿਆਂ ਦੀ ਜ਼ਿੰਦਗੀ ਨਾਲ ਸੰਬੰਧਿਤ ਮਸਲੇ ਕੁਝ ਦੇਸ਼ ਦੇ ਕੁਝ ਪਰਦੇਸ਼ ਦੇ ਕੁਝ ਵਿਦੇਸ਼ ਦੇ ਕੁਝ ਇਤਿਹਾਸ ਦੇ ਕੁਝ ਮਿਥਿਹਾਸ ਦੇ ਕੁਝ ਸਮਾਜ ਦੇ ਕੁਝ ਰਾਜਨੀਤੀ ਦੇ ਕੁਝ ਚੰਗੇ ਵੀ ਕਦੇ-ਕਦੇ ਮਾੜੇ ਵੀ ਅਸੀਂ ਸਾਰੇ ਮਸਲੇ ਵਿਚਾਰਦੇ ਹਾਂ ਤੁਸੀਂ ਦੇਖ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਤੱਕ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਐਟ ਪ੍ਰਾਈਮ ਏਸ਼ੀਆ ਟੀਵੀ ਸਾਰੀ ਦਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਆਸੀ ਪ੍ਰੋਗਰਾਮ ਦੀ ਆਖਰੀ ਕੜੀ ਵੱਲ ਪਹੁੰਚ ਗਏ ਹਾਂ ਸਾਰਜੀ ਜੀ ਅਪਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਕੁਝ ਇੱਕ ਟਾਪਿਕਸ ਤੇ ਗੱਲਬਾਤ ਕੀਤੀ ਹੈ ਤੁਹਾਡੀ ਰਾਈਡਿੰਗ ਦੇ ਵਿੱਚ ਅਪਾ ਦੇਖੀਏ ਤਾਂ ਟਰੱਕਰਸ ਤੇ ਟੈਕਸੀ ਡਰਾਈਵਰ ਉਹ ਵੀ ਬਹੁਤ ਰਹਿੰਦੇ ਨੇ ਮੀਡਲ ਕਲਾਸ ਦੇ ਲੋਕ ਨੇ ਕਾਫੀ ਉਸ ਰਾਈਡਿੰਗ ਵਿੱਚ ਰਹਿੰਦੇ ਨੇ ਟਰੱਕਰਸ ਦਾ ਪਿਛਲੇ ਸਮੇਂ ਜੀ ਕਾਫੀ ਨਰਾਜ਼ ਰਹੇ ਨੇ ਲਿਬਰਲ ਪਾਰਟੀ ਤੋਂ ਕਿ ਉਹਨਾਂ ਨੇ ਵਾਅਦੇ ਕੀਤੇ ਤੇ ਬਾਅਦ ਉਹ ਪੂਰੇ ਨਹੀਂ ਕੀਤੇ ਸੇਮ ਵੀ ਜੇ ਟੈਕਸੀ ਆਪਰ ਡਰਾਈਵਰ ਦੀ ਇੰਡਸਟਰੀ ਨਾਲ ਗੱਲ ਕਰੀਏ ਤਾਂ ਲਿਬਰਲਸ ਨੇ ਕਿਹਾ ਕਿ ਵੀ ਅੰਦਰ this year ਤੱਕ ਉੱਭਰ ਆ ਜਾਏਗੀ ਉਸ ਤੋਂ ਵੀ ਟੈਕਸੀ ਇੰਡਸਟਰੀ ਦੇ ਲੋਕ ਬਹੁਤ ਨਾਖੁਸ਼ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੁਹਾਡੇ ਕੋਲ ਕੀ ਪਲਾਨ ਨੇ ਹੁਣ ਅੱਗੇ ਵਾ ਪਹਿਲਾਂ ਆਪਾਂ ਜਿਹੜੇ ਆ 175 ਹੋਟ ਲਾਇਸੈਂਸ ਟੈਕਸ ਯੂ نو ਦਿੱਤੇ ਆ ਪਰ ਜੇ ਅਗੇਨ ਇਹ ਨੈਗੋਸ਼ੀਏਸ਼ਨਸ ਹੱਦੇ ਹੋਣੇ ਪੈਂਦੇ ਆ ਸੋ ਜਿੱਦਾਂ ਲਿਬਰਲ ਪਾਰਟੀ ਕਹਿੰਦੀ ਹੈ ਵੀ ਅਸੀਂ ਸ਼ਾਇਦ ਡਿਸੰਬਰ ਤੱਕ ਸਾਰਾ ਕੁਝ ਫਾਈਨਲਾਈਜ਼ ਕਰ ਦਵਾਂਗੇ ਆਪਾਂ ਹ మే ਦੇ ਵਿੱਚ ਹੋਣਾ ਹਲੇ ਬਥੇਰੇ ਮਹੀਨੇ ਹੈਗੇ ਆ ਆਪਾਂ ਨੂੰ ਇਕੱਠਿਆਂ ਨੂੰ ਬਹਿ ਕੇ ਰਲ ਕੇ ਗੱਲ ਕਰੀਏ ਦੱਸੋ ਕੰਸਿਸਟੈਂਸੀ ਕਿੱਦਾਂ ਆਪਾਂ ਕਰ ਸਕਦੇ ਰਾਈਡ ਜੇ ਜੇ ਆਪਾਂ ਰਾਈਡ ਜੇ ਹੋ ਵੀ ਗਈ ਹੈ ਨਾ ਐਦਾਂ ਨਹੀਂ ਫੇ ਉਹਨਾਂ ਨੂੰ ਦੇ ਦੇਣੀ ਆ ਓਕੇ ਉਹਨਾਂ ਨੂੰ ਵੀ ਸਾਰੇ ਸੇਫਟੀ ਮੇਜਰ ਲੈਣੇ ਪੈਂਦੇ ਆ ICBC ਨਾਲ ਆ ਕੇ ਤੇ ਜਿਦਾਕਸੀ ਆ ਲੈਣ ਉਹ ਆਪ ਬਣਾਉਣਾ ਆ ਸੋ ਸਿੱਧਾ ਰਾਲ ਮਿਲ ਕੇ ਸਾਰੇ ਕੰਮ ਕਰਨੇ ਆ ਸੋ ਇਟਸ ਆਲ ਸੇਮ ਲੈਵਲ ਪਲੇਇੰਗ ਫੀਲਡ ਇਹ ਦਨ ਨੀ ਵੀ ਇੱਕ ਦੀ ਜਾਦੇ ਸੇਵਾ ਕਰਨੀ ਦੂਜਿਆਂ ਦੀ ਘਟ ਕਰਨੀ ਆ ਸਾਰਿਆਂ ਦੀ ਸੇਮ ਕਰਨੀ ਆ ਜੀ ਸੋ ਸਾਰਿਆਂ ਨੂੰ ਤੁਸੀਂ ਨਾਲ ਲੈ ਕੇ ਗੱਲਬਾਤ ਲੈ ਕੇ ਸਲਾਹ ਨਾਲ ਕੋਈ ਫੈਸਲਾ ਲਵੋਗੇ ਐਬਸੋਲੂਟਲੀ ਹਾਂ ਤੁਹਾਨੂੰ ਪਤਾ ਯੂਨੀਅਨ ਦੇ ਵਿੱਚ ਵੀ ਅਸੀਂ ਨੇਗੋਸ਼ੀਏਸ਼ਨਸ ਕਰਦੇ ਆ ਇਹ ਵੀ ਆਪਾਂ ਇਕੱਠੇ ਬੈਠ ਕੇ ਨੇਗੋਸ਼ੀਏਸ਼ਨਸ ਕਰਕੇ ਇਕੱਠੇ ਰਾਲ ਕੇ ਸਲਾਹ ਕਰਕੇ ਮੂਵ ਫੋਰ ਜਿਹੜੀ ਆਪਣੀ ਇਕਨੋਮੀ ਨੂੰ ਹੋਰ ਸਟਰੋਂਗਰ ਬਣਾਉਗੀ ਥੈਟ ਵਿਲ ਵਰਕ ਫॉर द ਹੋਲ ਇਕਨੋਮੀ ਜੀ ਬਿਲਕੁਲ ਜੀ ਜਿਹੜ ਬਾਰੇ ਕਾਫੀ ਵਿਵਾਦ ਉੱਠਦਾ ਰਿਹਾ ਉਸ ਬਾਰੇ ਵੀ ਇੱਕ ਮੁੱਖ ਮੁੱਦਾ ਬਣਿਆ ਹੋਇਆ ਐਨਡੀਪੀ ਕਹਿੰਦੀ ਕਿ ਉਸ ਤੋਂ ਗੈਟ ਰੇਟ ਕਰ ਦੇਣਾ ਟੂਲਸ ਨੂੰ ਬਿਲਕੁਲ ਖਤਮ ਕਰ ਦੇਣੇ ਆ ਬਟ ਲਿਬਰਲ ਪਾਰਟੀ ਕਹਿੰਦੀ ਆ ਪਾਸ ਤੋਂ ਵੀ ਘਟਾਵਾਂਗੇ ਕੈਪ ਲਾ ਦੇਾਂਗੇ ਉਸ ਤੇ ਇਸ ਬਾਰੇ ਤੁਹਾਡਾ ਕੀ ਏਕ ਕੀ ਐਨਡੀਪੀ ਦਾ ਰਾ ਸਹੀ ਹੈ ਜੋ ਉਹ ਦੱਸ ਰਹੀ ਹੈ ਕਿ ਇਸ ਤਰ੍ਹਾਂ ਕਰਾਂਗੇ ਤੁਸੀਂ ਹਾਂ ਜਿਹੜੀ ਲਿਬਰਲ ਪਾਰਟੀ ਆ ਅਸੀਂ ਤੇ ਸੁਣਦੇ ਆ ਯੂ ਨੋ ਬ੍ਰਿਟਿਸ਼ ਕੋਲੰਬੀਆਸ ਤੋਂ ਓਕੀ ਮੰਗਦੇ ਆ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆਜ਼ ਕਈ ਜਾਂਦੇ ਆ ਫਿਰ ਜਿਹੜੇ ਆਪਣੇ ਟੋਲ ਵਾ ਇਹ ਜਾਦੇ ਟੋਲਾ ਮਹਿੰਗੇ ਬਹੁਤ ਆ ਜੀ ਸੋ ਸਾਡੀ ਪ੍ਰੀਮੀਅਰ ਨੇ ਇਹ ਗੱਲਾਂ ਸੁਣੀਆਂ ਇਹ ਨਾ ਹਮੇਸ਼ਾ ਹੀ ਸੁਣਦੀ ਰਹਿੰਦੀ ਐ ਸੋ ਉਹ ਕਹਿੰਦੀ ਵੀ ਚਲੋ ਇਦਾਂ ਆਪਸਲਾ ਕਰੀਏ ਅਫੋਰਡੇਬਲ ਕੀ ਹੁੰਦਾ ਆ ਆਪਾਂ 500 ਦਾ ਕੈਪ ਲਾ ਦਿੰਦੇ ਆ ਜੀ ਦੈਟਸ ਰੀਜ਼ਨੇਬਲ 500 ਦਾ ਕੈਪ ਤੁਸੀਂ ਫੇ ਵੀ ਹਜ਼ਾਰ ਦਾ ਵਾਲਾ ਸੇਵ ਕਰਦੇ ਜਿਹੜੇ ਰੋਜ਼ ਹੀ ਉਹ ਯੂਜ਼ ਕਰਦੇ ਕਮਿਊਟ ਕਰਨੇ ਨੂੰ ਜਦ ਨਵੀ ਆਉਂਦੇ ਤਾਂ ਕਹਾਂ ਨੂੰ ਜਾਂ ਦੋਵਾਰੀ ਦਿਹਾੜੀ ਚ ਯੂਜ਼ ਕਰਦੇ ਆ 1500 ਡਾਲਰ ਉਹ ਖੱਚ ਦੇ ਸਾਲ ਦਾ ਹੁਣ ਉਹਨਾਂ ਨੇ 500 ਡਾਲਰ ਸਾਲ ਦਾ ਦੇਣਾ ਸੋ ਦੇ ਗੈਨ ਸੇਵ 1000 ਡਾਲਰ ਦੇਖੋ ਨਡੀਪ ਫੀ ਕਹਿੰਦੇ ਆ ਪੇ ਅਸੀਂ ਇਹ ਫੀਸ ਟੋਲ ਨੋਨੇ ਨਗੇ ਅਸੀਂ ਬਿਲਕੁਲ ਹੀ ਬੰਦ ਕਰ ਦਿੰਦੇ ਆ ਉਹ ਪੁੱਛੋ ਪੇ ਇਹ ਤੁਸੀਂ ਪੇ ਕਿੱਦਾਂ ਕਰਨੇ ਆ ਕਿਸ ਨੇ ਕਿਸੇ ਤਰ੍ਹਾਂ ਦਾ ਪੈਸੇ ਦੇਨੇ ਪੈਨੇ ਆ ਨਹੀਂ ਪਰ ਉਹ ਕਹਿੰਦੇ ਹੈਗੇ ਨੇ ਕਿ ਜਿਹੜੇ ਸੀ ਟੂ ਸਕਾਈ ਜਿਹੜਾ ਸੀਗਾ ਹਾਈਵੇ ਉਹ ਵੀ ਬਣਿਆ ਸੀਗਾ ਔਨਲਾਈਨਸ ਗੇਟ ਬ੍ਰਿਜ ਬਣਾ ਹੈ ਹੋਰ ਬਥੇਰੇ ਹੋ ਲਾਗੇ ਨੇ ਪਰ ਉਹਨਾਂ ਤੇ ਕਿਸੇ ਤੇ ਵੀ ਟੈਕਸ ਨਹੀਂ ਆਇਗਾ ਸਾਊਥ ਆਫ ਫਰੇਜ਼ਰ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਕਿਉਂ ਹੋ ਰਹੀ ਹੈ ਯਾ ਹੁਣ ਪਹਿਲੇ ਜਦੋਂ ਆਪਾਂ ਕੋਈ ਵੀ ਹਨਾ ਇਨਫਰਾਸਟ੍ਰਕਚਰ ਬਣਾਉਂਦੇ ਕੋਈ ਵੀ ਬ੍ਰਿਜ ਬਣਾਉਂਦੇ ਆ ਅਨ ਆਰਡਰ ਟੂ ਪੇ ਦੈਟ ਆਫ ਆਪ ਨੂੰ ਟੋਲ ਓਨੇ ਪੈਂਦੇ ਜੀ ਕਿ ਜੇ ਤੁਸੀਂ ਹੁਣ ਸੀਰੀਅਸ ਕਾਈ ਹਾਈਵੇ ਦੀ ਗੱਲ ਕਰਦੇ ਆ ਪਹਿਲਾਂ ਤਾਂ ਇੱਕ ਤਾਂ ਉਹ ਸੇਫਟੀ ਇਸ਼ੂ ਸੀ ਜੀ ਇੱਕ ਉਹ ਪ੍ਰੋਜੈਕਟ ਜਿਹੜਾ ਸੀ ਥੋੜਾ ਡਿਫਰੈਂਸ ਸੀ ਉਹ ਮੋਸਟਲੀ ਫੈਡਰਲ ਪ੍ਰੋਜੈਕਟ ਸੀ ਉਹ ਸੇਗਾ ਕਰਕੇ 올ਿਮਪਿਕਸ ਉਹ ਤਾਂ 올ਿਮਪਿਕਸ ਕਰਕੇ ਬਣਾਇਆ ਸੀਗਾ ਜੀ ਹੁਣ ਜਿਹੜ ਇਹ 1912 13 ਦੇ ਵਿੱਚ ਸੀਗਾ ਜੀ ਇਹਦਾ ਟੋਲ ਸੀਗਾ ਉਸ ਵੇਲੇ 25 ਸੈਂਟ ਸੀ ਟੋਲ ਉਸ ਵੇਲੇ ਜੀ ਜੇ ਤੁਸੀਂ ਅੱਜ ਦੀ ਇਨਫਲੇਸ਼ਨ ਨੂੰ ਦੇਖੋ ਉਹਦਾ ਆ ਵੈਲਿਊ ਕੀ ਸੀ ਇਟਸ 4 ਡਾਲਰ ਐਂਡ 76 ਸੈਂਟਸ ਜੀ ਐਂਡ ਟੁਡੇਜ਼ ਵੈਲਿਊ ਜੀ ਯੂ نو ਔਰ ਮੈਨ ਬ੍ਰਿਜ ਸੇਮ ਥਿੰਗ ਉਹਦੇ ਵੀ 25 ਸੈਂਟ ਟੋਲ ਸੀਗਾ ਪਰ ਉਹ ਜਦੋਂ ਉਹਦਾ ਟੋਲ ਸੀਗਾ ਉਹਦਾ ਵੈਲਿਊ 2 ਡਾਲਰ ਸੀ ਮੇਰੇ ਕਹਿਲ ਜੀ ਅੱਜ ਦੇ ਸਮੇਂ ਦੇ ਨਾਲ And eventually it was gone. Made it nineteen sixty So tolls you have to put in. You need it for infrastructure, you have to you have to have tolls. Okay. So we have in a reasonable amount of so the gap However ਜੇ ਸਾਡੀ ਕਮਿਊਨਿਟੀ ਹਲੇ ਕਹਿੰਦੀ ਫਿਰ ਇਹ ਨਹੀਂ ਸਹੀ ਹੋਰ ਘਟਾਉਣਾ ਮੈਂ ਬੈਠ ਕੇ ਆਪਾਂ ਗੱਲ ਕਰਦੇ ਸਲਾਹ ਕਰਦੇ ਆ ਮੈਂ ਉਹਨਾਂ ਦੀ ਤਾਜ਼ੀ ਆਵਾਜ਼ ਹਾਂ ਮੈਂ ਉਹ ਆਵਾਜ਼ ਲੈ ਕੇ ਜਾਊਂਗੀ ਤੇ ਜਿੱਦਾਂ ਸਾਡੀ ਕਮਿਊਨਿਟੀ ਮੰਗਦੀ ਸੀ ਉਦਾਂ ਹੀ ਕਰਨੀ ਹੈ ਜੀ ਆ ਗੱਲ ਕਰੀਏ ਬੱਚਿਆਂ ਦੀ ਤਾਂ ਇੱਕ ਇਹ ਵੀ ਬਹੁਤ ਵੱਡਾ ਇਸ਼ੂ ਹੈ ਸਿਲੈਕਸ਼ਨ ਚ ਤੁਰਿਆ ਹੋਇਆ ਪੋਰਟੇਬਲ ਸਕੂਲਸ ਦਾ ਕਿ ਬੱਚੇ ਪੋਰਟੇਬਲ ਜਿਵੇਂ ਕਿ ਕਲਾਸਰੂਮ ਪੜ੍ਹ ਰਿਹਾ ਹੈ ਸਹੀ ਬਿਲਡਿੰਗ ਨਹੀਂ ਹੈਗੀ ਉਸ ਬਾਰੇ ਲਿਬਰਲ ਸਕੂਲ ਕੀ ਪਲਾਨ ਹੈਗਾ ਫਿਚਰ ਦਾ ਜੀ ਜਦੋਂ ਐਨਡੀਪੀ ਪਾਵਰ ਦੇ ਵਿੱਚ ਸੀਗੀ ਉਦੋਂ 450 ਪੋਰਟੇਬਲ ਸੀਗੇ ਜੀ ਹੌਣ ਲਿਬਰ ਪਾਰਟੀ ਨੇ ਹਾਂ ਕਿ ਘਟਾਏ ਆ ਹੁਣ ਪੌਣੇ 300 ਮੈਂ ਆਪ ਪੋਰਟਬਲ ਵਿੱਚ ਪੜੀ ਆ ਤੀਜੀ ਚੌਥੀ ਜਦੋਂ ਮੈਂ ਹੁੰਦੀ ਸੀ ਅਸੀਂ ਵੀ ਪੋਰਟਬਲ ਵਿੱਚ ਹੁੰਦੇ ਸੀ ਪਰ ਇਹ ਜਿਹੜੇ ਪੋਰਟਬਲਸ ਹਨ ਐਨਡੀਬੀ ਕਹਿੰਦੇ ਆ ਅਸੀਂ ਸਾਰੇ ਪੋਰਟਬਲਸ ਬੰਦ ਕਰ ਦਨੇ ਆ ਹਾਊ ਕੈਨ ਯੂ ਡੂ ਥੈ ਤੁਸੀਂ ਪੋਰਟਬਲਸ ਕਿੰਤਾ ਕਰ ਸਕਦੇ ਆ ਜਦ ਤੁਹਾਡੀ ਪੋਪੂਲੇਸ਼ਨ ਇੰਨੀ ਬੜੀ ਜਾਂਦੀ ਆ ਜੀ ਜਦੋਂ ਆਪਾਂ ਕੋਈ ਡਿਵੈਲਪਮੈਂਟ ਪ੍ਰੋਜੈਕਟ ਹੁੰਦਾ ਸ੍ਰੀ ਦੇਵ ਜੀ ਆਪਾਂ ਸਿਟੀ ਦੇ ਨਾਲ ਆਲ ਮਾਇਲ ਕੇ ਗੱਲ ਕਰਨੀ ਸਿਟੀ ਨੇ ਸਾਨੂੰ ਦੱਸਣਾ ਪਈ ਇੰਨੀ ਤੁਹਾਡੀ ਗਰੋਥ ਹੋਣੀ ਆ ਇੰਨੀ ਤੁਹਾਡੀ ਪ੍ਰੋਜੈਕਸ਼ਨ ਹੋਣੀ ਆ ਸੋ ਪੋਰਟਬਲਸ ਨਾ ਐਂਡੀਪੀ ਪਾ ਇਸ਼ੂ ਆ ਤੇ ਨਾ ਹੀ ਲਿਬਰਲ ਪਾਰਟੀ ਦਾ ਇਸ਼ੂ ਆ ਇਹ ਹੈਗਾ ਆਪਾਂ ਰਲ ਕੇ ਇਕੱਠੇ ਗੱਲ ਕਰਨੀ ਪੈਂਦੀ ਆ ਆਪਾਂ ਨੂੰ ਪ੍ਰੋਜੈਕਟ ਕਰਨੀ ਗਰੋਥ ਕਿੰਨੀ ਹੁੰਦੀ ਆ ਤੇ ਨਾਟ ਓਨਲੀ ਗਰੋਥ ਦੇਖਣਾ ਵੀ ਹਾਊ ਮਨੀ ਚਿਲਡਰਨ ਆਰ ਗੋਇੰ ਟੂ ਬੀ ਇਨ देयर ਹਾਊ ਮਨੀ ਪੀਪਲ ਆਰ ਗੋਇੰ ਟੂ ਬੀ ਗੋਇੰ ਟੂ ਸਕੂਲ ਬੀ ਐਲੀਮੈਂਟਰੀ ਸਕੂਲ ਹੋਵੇ ਉਹ ਸੈਕੰਡਰੀ ਉਜੋਵੀ ਹੋਵੇ ਇਹ ਪਹਿਲਾਂ ਦੇਖੀਦਾ ਕਿਦਾਂ ਆ ਫਿਰ ਉਹ ਹਿਸਾਬ ਦੇ ਨਾਲ ਤੁਸੀਂ ਬਿਲਡ ਕਰਦੇ ਆ ਜੀ ਐਂਡ ਬਿਕਾਜ਼ ਆਰ ਇਕਨੋਮੀ ਇਸ ਗ੍ਰੋਇੰਗ ਐਂਡ ਬਿਕਾਜ਼ ਵੀ ਹੈਵ ਦੀ ਇਨਵੈਸਟਮੈਂਟ ਵੀ ਕੈਨ ਇਨਵੈਸਟ ਇੰਟੂ ਦੋ ਸਕੂਲਸ ਜੀ ਤੇ ਅਸੀਂ ਹੋਰ ਸਕੂਲ ਪੋਣੇ ਆ ਯੂ نو ਵੀ ਹੈਵ 7000 ਨਿਊ ਸਪੇਸ ਕਮਿੰਗ देयर ਇਸ ਸਕੂਲ ਬੀਂਗ ਬਿਲਟ ਰਾਈਟ ਨਾਓ ਜੀ 16 ਸਾਲਾਂ ਵਿੱਚ ਲਿਬਰਲ ਸਰਕਾਰ ਨੇ ਇਹੋ ਜਿਹਾ ਕੀ ਕੁਝ ਨਹੀਂ ਕੀਤਾ ਕਿ ਉਹ ਕਹਿ ਰਹੇ ਨੇ ਕਿ ਹੁਣ ਸਾਨੂੰ 4 ਸਾਲ ਹੋਰ ਦਿਓ ਤੇ ਅਸੀਂ ਉਹਦੇ ਚ ਕਰਾਂਗੇ ਤੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਬਲ ਪੀਪਲ should be voting for the Liberal Party because you know it, it's quite clear. We've built a strong economy. Yes. We care about the people that we love. You know, and menu the Hoge Seva O seva continue. You know, whether it be in the union whether it be in the government, we're compassionate people. Yes. Many family, many mummy daddy, ne, you know, many prana inanesanu sakaya values gaya, how important all the values. Jee. You know, as he job create ganamang, they get a well paying jobs so. You know, school, the best educations you can get, hun to see the Kosuri Wali de, de vecha, SFU, te ayaya. Otehon Kwantlen College on ayaya. Mm. There's so many other colleges in there, it's the downtown core. ਆਪਾਂ ਆਪਣੇ ਘਰੇ ਇਥੇ ਸਿਟੀ ਦੇ ਵਿੱਚ ਰਹਿ ਕੇ ਸਾਰਾ ਕੁਝ ਮਿਲ ਸਕਦਾ ਇਟਸ ਅ ਵਾਈਬ੍ਰੈਂਟ ਸਿਟੀ ਇਟਸ ਅ ਗਰੋਇੰਗ ਸਿਟੀ ਸੋ ਵੀ ਵਾਂਟ ਟੂ ਕੰਟੀਨਿਊ ਟੂ ਗਰੋ ਯੂ ਨੋ ਐਂਡ ਡੂ ਵਾਟ ਵੀ ਕੈਨ ਫਾਰ ਦ ਵਨਸ ਵੀ ਲਵ ਥੈਂਕ ਯੂ ਜੀ ਸਾਡਾ ਸਮਾਂ ਇਥੇ ਸਮਾਪਤ ਨਾ ਥੋੜਾ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਇਸ ਆਨ ਸਰੀ ਵਾਲੀ ਤੋਂ ਲੇਬਲ ਪਾਰਟੀ ਦੇ ਕੈਂਡੀਡੇਟ ਸਾਜੀ ਚੀਮਾ ਜੀ ਕੱਲ ਨੂੰ ਇੱਕ ਨਵਾਂ ਕੈਂਡੀਡੇਟ ਨਾਲ ਤੁਹਾਡੀ ਕਚਹਿਰੀ 'ਚ ਫਿਰ ਤੋਂ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ